ਸਤਿ ਸ਼੍ਰੀ ਅਕਾਲ ਦੋਸਤੋ, ਫਰੰਟਲਾਈਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਟਿੱਕਰੀ ਹੱਦ 'ਤੇ ਕਿਸਾਨਾਂ ਲਈ ਖੁੱਲ੍ਹਾ ਕਿਸਾਨ ਮਾਲ, ਮੁਫ਼ਤ ਮਿਲੇਗਾ ਜ਼ਰੂਰਤ ਦਾ ਹਰ ਸਮਾਨ। ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮੁਫ਼ਤ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਐਨ ਜੀ ਓ ਖਾਲਸਾ ਏਡ ਨੇ ਦਿੱਲੀ ਦੇ ਟਿੱਕਰੀ ਬਾਰਡਰ ਉੱਤੇ ਕਿਸਾਨ ਮਾਲ ਦੀ ਸਥਾਪਨਾ ਕੀਤੀ। ਕਿਸਾਨ ਮਾਲ ਵਿੱਚ ਟੁੱਥ ਬ੍ਰਸ਼, ਪੇਸਟ, ਸਾਬਣ, ਤੇਲ, ਸ਼ੈਂਪੂ, ਬੈਸਲੀਨ, ਕੰਘੀ, ਮਫਲਰ, ਹੀਟਿੰਗ ਪੈਡ, ਗੋਡੇ ਦੇ ਕੈਪ, ਥਰਮਲ ਸ਼ੂਟ, ਸ਼ਾਲ ਅਤੇ ਕੰਬਲ ਤੋਂ ਇਲਾਵਾ ਹੋਰ ਚੀਜ਼ਾਂ ਦਾ ਚੰਗਾ ਖਾਸਾ ਸਟਾਕ ਰੱਖਿਆ ਗਿਆ। ਖਾਲਸਾ ਏਡ ਦੇ ਸਟੋਰ ਮੈਨੇਜਰ ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਖਾਲਸਾ ਏਡ ਰਾਹੀਂ ਕਿਸਾਨਾਂ ਨੂੰ ਇੱਕ ਟੋਕਨ ਜਾਰੀ ਕਰਦੇ ਹਾਂ ਜਿਸ ਦੇ ਨਾਲ ਉਹ ਕਿਸਾਨ ਮਾਲ ਤੋਂ ਵਸਤਾਂ ਦੀ ਖਰੀਦ ਕਰ ਸਕਦੇ ਹਨ। ਉਹ ਇੱਥੇ ਇੱਕ ਟੋਕਨ ਲੈ ਕੇ ਆਉਂਦੇ ਹਨ। ਅਸੀਂ ਵਸਤਾਂ ਦੀ ਇੱਕ ਸੂਚੀ ਉਪਲਬਧ ਕਰਵਾਈ ਹੈ। ਰੋਜ਼ਾਨਾ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਉਪਲਬਧ ਹਨ। ਕਿਸਾਨ ਆਪਣੀ ਲੋੜ ਮੁਤਾਬਕ ਸਮਾਨ ਲੈ ਜਾਂਦੇ ਨੇ। ਅਸੀਂ ਹਰ ਦਿਨ 500 ਤੋਂ ਜ਼ਿਆਦਾ ਟੋਕਨ ਵੰਡਦੇ ਹਾਂ। ਕੁਝ ਦਿਨ ਪਹਿਲਾਂ 11 ਦਸੰਬਰ ਨੂੰ ਖਾਲਸਾ ਏਡ ਨੇ ਸਿੰਘੂ ਬਾਰਡਰ ਉੱਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇੱਕ ਫੁੱਟ ਮਸਾਜ ਸੈਂਟਰ ਦਾ ਸਥਾਪਿਤ ਕੀਤਾ ਸੀ। ਕਿਸਾਨਾਂ ਦਾ ਵਿਦਰੋਹ ਪ੍ਰਦਰਸ਼ਨ ਸ਼ੁੱਕਰਵਾਰ ਨੂੰ 3ਵੇਂ ਦਿਨ ਵੀ ਜਾਰੀ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਮੰਤਰੀਆਂ ਨਾਲ ਵਿਗਿਆਨ ਭਵਨ ਵਿੱਚ ਹੋਣ ਵਾਲੀਆਂ ਚਰਚਾਵਾਂ ਦੇ ਅਗਲੇ ਦੌਰ ਲਈ ਸਮਾਂ ਅਤੇ ਤਾਰੀਖ ਤੈਅ ਕਰਕੇ ਦੱਸ ਦਿਓ। ਹਾਲਾਂਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਈ ਗੱਲਬਾਤ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ। ਦੋਸਤੋ, ਇਸ ਵੀਡੀਓ ਸੰਬੰਧੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।